ਫਿੱਟ ਹੋ ਕੇ ਆ ਗਿਆ ਆਪਦੀ ਗੱਲ ਲੱਖੀ ਲਹਿਰਾ ਦੀ ਤੇ ਮਣੀ ਮਸੀਤਾਂ ਦੀ ਜਿਹੜੇ ਨੇ ਪੰਜਵੇਂ ਓਵਰ ਦੇ ਵਿੱਚ ਛੱਕੇ ਮਾਰੇ ਸੀਗੇ ਉਹ ਬੈਟਸਮੈਨ ਆ ਕੇ ਆਪਣੇ ਰੁਪਈਏ ਆ ਜਿਹੜੇ ਕਹਿੰਦਾ ਉਹ ਆ ਕੇ ਰੁਪਈਏ ਆਪਣੇ ਜਿਹੜੇ ਪ੍ਰਾਪਤ ਕਰ ਲਵੇ ਮੇਰੀ ਬੇਨਤੀ ਹੈ ਬਈ ਆ ਕੇ ਰੁਪਈਏ ਪ੍ਰਾਪਤ ਕਰੋ ਜੀ ਕਿਹਦਾ ਬੱਬੂ ਕਨੇਡਾ ਤੋਂ ਲਾਈਵ ਜੁੜਿਆ ਸੁਖਵੀਰ ਕੋਰੀਆ ਜੀ ਦਾ ਬ੍ਰਦਰ ਹੈ ਤੇ ਸੁਖਵੀਰ ਵੀ ਇੱਥੇ ਮੇਰੇ ਦੇ ਨਾਲ ਕਹਿੰਦੇ ਲਾਈਵ ਜੁੜਿਆ ਵੀ ਫਿਰ ਤੁਹਾਡੇ ਤੋਂ ਬਾਅਦ ਇੱਕ ਬਾਈ ਨੇ ਰੁਪਈਏ ਆਪਦੇ ਆਪਦੇ ਲੈ ਲਓ ਜੀ ਕਿਹਦਾ 108 ਸੰਤ ਬਾਬਾ ਦਿਆਲ ਦਾਸ ਜੀ ਉਹਨਾਂ ਦੀ ਕਿਰਪਾ ਦੇ ਸਦਕਾ ਮਸੀਤਾਂ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਜਿਹੜਾ ਹੈ ਉਹ 22, 23, 24, 25 ਤੇ 26 ਮਈ ਨੂੰ ਕਰਵਾਇਆ ਜਾ ਰਿਹਾ ਮੰਨਾ ਮਸੀਤਾਂ ਮਣੀ ਸਰਪੰਚ ਮਸੀਤਾਂ ਨਾਲ ਕਾਲੀ ਮਸੀਤਾਂ ਸੰਦੀਪ ਮਸੀਤਾਂ ਤੇ ਕਾਪੋ ਕ੍ਰਿਕਟ ਦਾ ਵੱਡਾ ਬਲਾਰਾ ਮਣੀ ਮਸੀਤਾਂ ਤੇ ਨਾਲ ਕਹਿੰਦੇ ਮੋਨੂ ਮਸੀਤਾਂ ਵਾਲਾ ਇਹ ਭਰਾ ਕਹਿੰਦੇ ਸੱਦੇ ਦੇ ਰਿਹਾ ਹੈ 61,000 ਪਹਿਲਾ ਪ੍ਰਾਈਜ 41,000 ਦੂਜਾ ਪ੍ਰਾਈਜ ਦੋ ਕਹਿੰਦੇ ਮੇਰੇ ਵੀਰੋ ਫਰੀਜਾਂ ਦਿੱਤੀਆਂ ਜਾਣੀਆਂ ਮੇਰਾ ਦੀ ਸੀਰੀਜ਼ 3100 ਰੁਪਏ ਬੈਂਕਾਂ ਲੱਗ ਗਏ 4 ਬੈਂਕ ਦਿੱਤੇ ਜਾਣਗੇ ਪਹੁੰਚੋ ਜ਼ਰੂਰ ਭਾਈ ਤੋਂ ਲੱਗੇ 26 ਤਰੀਕ ਮਸੀਤਾਂ ਪਿੰਡ ਦਾ ਵੱਡਾ ਮੇਲਾ ਹੋਣਾ ਆਓ ਜੀ ਕਰਾਂ ਪਹਿਲਾ ਸੈਮੀ ਫਾਈਨਲ ਬਿਗਲ ਬੱਦਿਆਂ ਕੋਚ ਦਾ ਹੁਕਮ ਹੋਇਆ ਹੈ ਜਿਹੜੇ ਸੂਰਮੇ ਮੈਂ ਤੋਂ ਦਲੇਰ ਨਹੀਂ ਆ ਦਿਕ ਰਹੇ ਨੇ ਪੁੱਤ ਸਰਦਾਰਾਂ ਦੇ ਸ਼ੈਲ ਬਣ ਕੇ ਜਿਵੇਂ ਨਿਕਲਦੇ ਪਹਿਲੋਂ ਸ਼ੇਰ ਵੀ ਆ ਆਹ ਪ੍ਰਦੀਪ ਜਗਰਾਨਾ ਵਾਲਾ ਪਹਿਲੀ ਦੇ ਬੱਲੇ ਬੱਲੇ ਕੇ ਰਹਿ ਗਿਆ ਡਾਲੇ ਦੀ ਟੀਮ ਦੇ ਲਈ ਡਾਲੇ ਦੀ ਟੀਮ ਬੱਲੇਬਾਜ਼ੀ ਕਰ ਰਹੀ ਹੈ ਤੇ ਹਰਾਜ ਦੀ ਟੀਮ ਜਿਹੜੀ ਬਾਲ ਪਾ ਰਹੀ ਹੈ ਲਈ ਮਣੀ ਚੱਕ ਮਾਈਕ ਸੁਣਿਆ ਤੇ ਕਰਦੇ ਸਿਰਤ ਗੱਭਰੂਆਂ ਦੀ ਉੱਧਰ ਕਹਿੰਦੇ ਕਾਲੂ ਸਾਡਾ ਸਾਰੇ ਭਰਾਵਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਸੁਖਵੀਰ ਦਾ ਕਹਿੰਦੇ ਵੀਰ ਕਨੇਡਾ ਤੋਂ ਲਾਈਵ ਜੁੜਿਆ ਹੋਇਆ ਤੇ ਕੋਰੇ ਵਾਲੀ ਸੁਖਵੀਰ ਦੇ ਚਰਚੇ ਹੁੰਦੇ ਆ ਜਿਵੇਂ ਆਹ ਪਿੰਡ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਕਰ ਦਿੱਤਾ ਮੇਰੇ ਵੀਰੋ ਆਹ ਚਰਚੇ ਹੋਏ ਆ ਵੀ ਬਾਪੂ ਪੂਰੀ ਮੱਝ ਲਿਆਵੇ ਜਿਹਦਾ ਦੁੱਧ ਡੇਰੀ ਨਾ ਜਾਵੇ ਅਚਾਰ ਬੱਕਰੇ ਦਾ ਪਾਉਣਾ ਪੈਂਦਾ ਏ ਉਹ ਸਜੂਆ ਪੁੱਤ ਨੂੰ ਸ਼ੇਰ ਬਣਾਉਣਾ ਘਰ ਖਵਾਉਣਾ ਪੈਂਦਾ ਏ ਗੱਲਾਂ ਜਿਹੜੀਆਂ ਕਹਿੰਦੇ ਬੜੀ ਵਧੀਆ ਹੈ 15-20 ਮਿੰਟ ਗੁਰੂ ਕਾ ਲੰਗਰ ਚੱਲੇਗਾ ਜਿਹੜੀ ਸ਼ਕਤ ਨੇ ਛਕਣਾ ਉਹ ਜਾ ਕੇ ਛਕ ਸਕਦੀ ਹੈ ਇਹ ਬੇਨਤੀ ਹੈ ਸਾਡੀ ਟੀਮ ਕਹਿੰਦੇ ਹਰਾਜ ਪਿੰਡ ਦੀ ਜਿਹੜੀ ਵੱਡੀ ਬਣੀ ਹੋਈ ਹੈ ਦੂਜੇ ਪਾਸੇ ਦਾਲੇ ਪਿੰਡ ਦੀ ਟੀਮ ਹੈ ਲਵੀ ਲੱਖੀ ਇਹ ਪਿੰਡ ਦਾ ਇੱਕ ਵੱਡਾ ਹਰਾਰੀ ਹੈ ਔਰ ਪੁਰਾਣਾ ਮਹੱਲਾ ਹੈ ਜਿਹਨੇ ਕਹਿੰਦੇ ਆਪਣੀ ਸਾਰੀ ਜ਼ਿੰਦਗੀ ਕਿਹੜੇ ਲੇਖੇ ਲਾ ਦਿੱਤੀ ਆ ਲਵੀ ਰੀਤਿਆ ਅੱਜ ਤੇਰਾ ਸਵਾਲ ਪ੍ਰਬੰਧਕ ਕਮੇਟੀ ਵੱਲੋਂ 15,000 ਦਾ ਕੀਤਾ ਜਾ ਰਿਹਾ ਵੱਡੀ ਮੁਬਾਰਕ ਦਾ ਰਾਣਾ ਨੰਬਰਦਾਰ ਜੀ ਜਿਹੜੇ ਸਟੇਜ ਤੇ ਆ ਜਾਣਗੇ ਸਾਡੀ ਬੇਨਤੀ ਹੈ ਰਾਣਾ ਨੰਬਰਦਾਰ ਜੀ ਉਹ ਜਿਹੜੇ ਪੁੱਜਣ ਮੇਰੀ ਵੀਰੇ ਨਾਮ ਦੱਸੀ ਬਾਲਰ ਦਾ ਕੀ ਹੈ ਜਿਹੜਾ ਬਾਲ ਪਾ ਰਿਹਾ ਹਰਾਜ ਪੈਂਦਾ ਮੁੰਡੇ ਦਾ ਜਿਹਨੇ ਕਹਿੰਦੇ ਪਾਲ ਪਾਈ ਆ ਜੋਤ ਡਾਲੇ ਵਾਲਾ ਹੈ ਨੀਲੇ ਡਾਲੇ ਨੂੰ ਪ੍ਰਿੰਸੀਪਲ ਦਾ ਖਿਤਾਬ ਕ੍ਰਿਕਟ ਵਾਲੇ ਨੇ ਦਿੱਤਾ ਮੇਰੇ ਵੀਰੋ ਉਸੇ ਪਿੰਡ ਦਾ ਗੱਭਰੂ ਹੈ ਜੋਰਡਨ ਡਾਲੇ ਵਾਲਾ ਬਹਿਰੀਨ ਦੇ ਵਿੱਚ ਬੋਲ ਬੋਲ ਕੇ ਆਇਆ ਉਹ ਵੀਰੇ ਦਾ ਪਿੰਡ ਹੈ ਵੀ ਆਪਣੇ ਗਰਾਈ ਕੋਲੋਂ ਹਾਲ ਪੁੱਛਾ ਪਿੰਡ ਦਾ ਹਰ ਸਾਡੇ ਮਾਨਾ ਤੋਂ ਪੰਜਾਬ ਦਾ ਬਾ ਖੇਡਦਾ ਕਦੇ ਵੀ ਰਾਵੀ ਕੋਲੋਂ ਪੱਖ ਨਾ ਝਨਾਵ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ ਗੱਲਾਂ ਹੁੰਦੀਆਂ ਹੁਣ ਜੱਗਾ ਬੈਠਾ ਭਰਾ ਸਾਡਾ ਹਰ ਜਗਰਾਵਾਂ ਵਾਲਾ ਵੀ ਕੋਈ ਕਹਿ ਸਕਦੇ ਆ ਭਰਾ ਸਪੋਟੀ ਦਾ
ਹਰ ਗੱਲਾਂ ਹੁੰਦੀਆਂ ਉੱਚੀ ਦਾ ਕਹਿੰਦੇ ਬੈਗ ਹੈ, ਇਹ ਚ ਕਹਿੰਦੇ ਡਾਲਰ, ਇਹ ਚ ਰੁਪਈਏ, ਰੋਸ਼ਨ ਪਾਊ ਆਸਟ੍ਰੇਲੀਆ, ਸਨੀ ਦੇਲੀ ਧੀਰਾ ਕਹਿੰਦੇ ਕੋਰੇ ਵਾਲੀਆ, ਪੀ ਸੀ ਫਲਡ ਇਹਨਾਂ ਵੱਲ ਫੰਡੇ ਜਾ ਰਹੇ ਹੈ। ਅੱਜ ਕਹਿੰਦੇ ਰੀਤੇ ਨੂੰ 15,000 ਜਿਹੜਾ ਕਹਿੰਦੇ ਦਿੱਤਾ ਜਾ ਰਿਹਾ ਹੈ। ਬੈਠਾ ਸਰਦਾਰ ਪ੍ਰਕਾਸ਼ ਸਿੰਘ ਜੀ ਆਏ ਆ, ਬਹੁਤ ਬਹੁਤ ਧੰਨਵਾਦ ਹੈ। ਮੇਰੀ ਲੱਖੀ ਮੁੰਡਾ ਫਲੇ ਵਾਲੇ ਕਰਾਉਂਦਾ ਹੈ, ਔਰ ਲੱਖੀ ਮੇਰੇ ਵੀਰ ਬਾਲਾ ਪਾ ਰਹੇ ਖੇਡ ਮੈਦਾਨ ਦੇ ਅੰਦਰ, ਕੋਰ ਸੁਖੀ ਹੈ ਪਿੰਡ ਹੈ ਜਿੱਥੋਂ ਦੇ ਨੰਬਰਦਾਰ ਹੋਣਾ ਦੇ ਦੀਪੇ ਜੈਲਦਾਰ ਹੋਣਾ ਦੇ ਚਰਚੇ ਹੁੰਦੇ ਆ, ਪਹਿਲਾਂ ਚੜ ਚੜ ਕੇ ਪੈਂਦੀਆਂ ਹੈ। ਮੈਂ ਤੇ ਕਹਿੰਦਾ ਚੋਟੀ ਦਾ ਖੇਡਿਆ ਗਿਆ ਧੰਦਰ ਭਰਾ ਹੈ ਸਾਡਾ, ਧੰਦਰ ਸਗਾ ਕਨੇਡਾ ਐਡਵੋਕੇਟ ਕਹਿੰਦੇ ਭਰਾ ਸਾਡਾ ਕੋਰੇ ਵਾਲੀਆ, ਜਾਓ ਸਾਡੇ ਦੀ ਧਰਤੀ ਦੇ ਕਨੇਡਾ ਦੇ ਸਦੀ ਤਾਰਾ ਜੋੜੀ ਬੈਠਾ ਹੈ ਨਾਲ ਸਾਡੀ ਜ਼ਿੰਦਗੀ ਦਾ ਕਹਿੰਦਾ ਪ੍ਰਦੀਪ ਆਊਟ ਹੁੰਦਾ, ਲੱਖੀ ਕਹਿੰਦਾ 500 ਧੀਰੇ 500 ਚੱਲਦਾ ਕਰਦੇ ਚੌਵੀ ਸਕੋਰ ਹੈ ਜੀ, ਦੋ ਓਵਰ ਤੇ 24 ਹੈ।
ਆ ਪਾਰਲਰ ਦਾ ਨਾਮ ਦੱਸਿਆ ਜੋਤ ਭਰਾ ਸਰੋ ਦੇ ਫਾਦਰ ਸੱਤਾ ਪੰਜਾਬ ਬਿਜਲੀ ਬੋਰਡ ਉਹਨੂੰ ਵੀ ਧੰਨਵਾਦ ਕਰਦੇ ਫੱਡਾ ਯੋਗਦਾਨ ਨਵੀਂ ਚੱਕਿਆ ਹੁਣ ਸਾਲ ਵੱਜਾ ਹੈ ਜਾਣ ਲੱਗਿਆ ਗੱਲਾਂ ਕਹਿੰਦੇ ਫੜੀ ਹੁੰਦੀ ਹੈ ਹੁਣ ਸਾਲ ਕਹਿੰਦੇ ਬਾਲ ਪਾਉਣ ਦੇ ਲਈ ਤਿਆਰ ਹੈ ਦੋ ਓਵਰ ਕਹਿੰਦੇ ਚੌਵੀ ਸੀਗੇ ਤੇਰਵੀਂ ਬਾਲ ਪਈ ਹੈ ਤੇ ਚੌਦਵੀਂ ਬਾਲ ਪਾਉਣ ਦੇ ਲਈ ਫੇਰ ਸੌਰਵ ਕਹਿੰਦੇ ਤਿਆਰ ਪਰ ਤਿਆਰ ਹੈ ਇੱਕ ਪਾਸੇ ਕਹਿੰਦੇ ਟਾਲੇ ਪਿੰਡ ਵਾਲਾ ਸੁੱਖਾ ਇਹ ਵੀ ਟੱਪਰ ਖਿਲਾੜੀ ਹੈ ਕ੍ਰਿਕਟ ਦੇ ਮੈਦਾਨਾਂ ਦਾ ਮੇਰੇ ਵੀਰੋ ਇਹਦੇ ਵੀ ਧਰਤੇ ਹੁੰਦੇ ਆ ਬੱਲੇ 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 ਕਰਾਈ ਹੋਈ ਹੈ ਦੋ ਬਾਲਾਂ ਤੇ ਦੋ ਛੱਕੇ ਉਹ ਮੁੰਡੇ ਨੇ ਲਾ ਕੇ ਧੰਨ ਧੰਨ ਕਰਾ ਦਿੱਤੀਆਂ ਮੇਰੇ ਵੀਰੋ ਧੰਦਰ ਦੇ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਯਾਰ ਗੋਪੀ ਦੇ ਫਾਦਰ ਸਾਹਿਬ ਸਰਦਾਰ ਸਰਵ ਸ੍ਰੀ ਪ੍ਰਧਾਨ ਸਾਹਿਬ ਬਹੁਤ ਬੜਾ ਧੰਨਵਾਦ ਕਰਦੇ ਹਾਂ ਜਦੋਂ ਵੀ ਸਤਿਕਾਰ ਵੀਰ ਸਾਰੇ ਦਰਬਾਰ ਆਇਆ ਹੈ ਬਹੁਤ ਬੜਾ ਧੰਨਵਾਦ ਸਾਰੇ ਭਰਾਵਾਂ ਦਾ ਸਾਡੇ ਪੱਤੇ ਕਰਦੇ ਕਰਦੇ ਹਾਂ ਬਾਲ ਪਾਣੀ ਬਣਾ ਹਰਾਜ ਪਿੰਡ ਵਾਲਾ ਫਿਰ ਕਹਿੰਦੇ ਪਿਆਰ ਪਰ ਪਿਆਰ ਹੈ ਠੀਕ ਕਹਿੰਦੇ ਪੱਤੀ ਬਣਦੀ ਹੈ ਕਦੇ ਫੱਲੇ ਬਣੇ ਕਰਵਾਉਂਦੇ ਹੈ ਦੂਜੇ ਪਾਸੇ ਸੁੱਖਾ ਕਦੇ ਤਾਰੇ ਵਾਲਾ ਉਹ ਫੱਲੇ ਬਣੇ ਕਰਵਾਉਂਦਾ ਹੋਇਆ ਪਰ ਵੇਖਾਂਗੇ ਇੱਕ ਸਕੋਰ ਬੜੇ ਨੇ ਜ਼ੋਰ ਦਿੱਤਾ ਹੈ ਇੱਕ ਸਕੋਰ ਕਹਿੰਦੇ ਮੁੰਡੇ ਨੇ ਜੋੜ ਦਿੱਤਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਗਬਰੂ ਫਿਰ ਤਿਆਰ ਹੋ ਤਿਆਰ ਇਹ ਸੌਰਵ ਹੈ ਮੇਰੇ ਵੀਰੋ ਅੱਜ ਦਾ ਮੇਲਾ ਕਹਿੰਦੇ ਐਨ ਮੇਰੇ ਵੀਰੋ ਕੋਰੀ ਵਾਲੇ ਪਿੰਡ ਦੇ ਵਿੱਚ ਖੇਡਿਆ ਜਾ ਰਿਹਾ ਹੈ ਅੱਜ ਧੀਰੇ ਹੁਣੀ ਨਾਲ ਸਾਡੇ ਸਾਰੇ ਪ੍ਰਬੰਧਕ ਵੀਰ ਮੇਰੇ ਵੀਰੋ ਮੇਲੇ ਨੂੰ ਆਰਗੇਨਾਈਜ਼ ਕਰ ਰਹੇ ਹੈ ਚਰਚੇ ਕਹਿੰਦੇ ਹੁੰਦੇ ਹੈ ਕਬੱਡੀ ਦੇ ਖੇਤਰ ਦੇ ਵਿੱਚ ਵੱਡਾ ਨਾਮ ਕਹਿੰਦੇ ਸੁਖਵੀਰ ਨੇ ਬਣਾਇਆ ਤੇ ਕ੍ਰਿਕਟ ਦੇ ਵਿੱਚ ਸੱਤੂ ਸੱਤੂ ਹੋਈ ਹੈ ਸੱਤੂ ਦਾ ਸਨਮਾਨ 51,000 ਦੇ ਨਾਲ ਤੇ ਨਾਲ 31,000 ਲਵੀ ਗੁਰੂ ਸਰੀਏ ਨੂੰ ਜਿਹੜਾ ਵਿਖੇ ਤੌਰ ਤੇ ਫੌਜੀ ਸਾਹਿਬ ਆਏ ਤੇ ਸਟੇਜ ਤੇ ਆ ਜਾਣ ਬਹੁਤ ਬੜਾ ਧੰਨਵਾਦ ਆ ਲਓ ਸਭ ਦੇ ਬਾਲ ਪਾਣੀ ਬੜਾ ਫੇਰ ਵੱਧਦਾ ਬੜਾ ਕਹਿੰਦੇ ਫੜੀਆ ਬੀਬਾ ਚੋਟੀ ਵੀ ਹੈ ਬੜਾ ਭਾਈਦਾ ਜ਼ਰੂਰ ਹੈ ਪਰ ਵੇਖਿਆ ਕਿ ਇੱਕ ਸਕੋਰ ਬੜਾ ਨੇ ਆਪਣੇ ਹਿੱਸੇ ਕਹਿੰਦੇ ਜ਼ੋਰ ਦਿੱਤਾ ਡਾਲੇ ਵਾਲਾ ਜੋਤ ਫਿਰ ਚਾਰ ਪਰ ਚਾਰ ਹੈ ਅੱਜ ਪ੍ਰਬੰਧਕ ਖੁਸ਼ ਹੈ ਔਰ ਸਵਾਲ ਕੁਝ ਵੱਖਰਾ ਵੱਜਾ ਹੈ ਧਰਤੀ ਕਹਿੰਦੇ ਕੋਰੇ ਵਾਲੇ ਪਿੰਡ ਦੀ ਆ ਹਾਂ ਨਜ਼ਾਰੇ ਕਹਿੰਦੇ ਪੱਖਰੇ ਜਦੋਂ ਜਦੋਂ ਜੱਗੇ ਬਾਈ ਨੂੰ ਕਿਹਾ ਵੀ ਆਹ ਪਲੇਅਰ ਤੇ ਮਾਇਆ ਲਾਉਣੀ ਹੈ ਤੇ ਜਿਹੜਾ ਆਰਵਾ ਸਾਰੇ ਨੇ ਕਦੇ ਵੀ ਕਹਿੰਦੇ ਹੱਥ ਪਿੱਛੇ ਨਹੀਂ ਕੀਤਾ ਹੈ ਬੰਦ ਚੜ ਕੇ ਦੋ ਦਰ ਪਾਏ ਆ ਮੇਰੇ ਵੀਰੋ ਐਨ ਗੱਲਾਂ ਪੱਟੀਆਂ ਨੇ ਐਵੀ ਜੱਗਿਆ ਖੜਕਾ ਦੜਕਾ ਸੈਮੀਫਾਈਨਲ ਚ ਹੋਣ ਲੱਗ ਗਿਆ ਉਹ ਟਾਲੇ ਪਿੰਡ ਵਾਲੇ ਕਹਿੰਦੇ ਅਸੀਂ ਜਿੱਤ ਕੇ ਜਾਣਾ ਹੈ ਹਰਾਜ ਵਾਲੇ ਕਹਿੰਦੇ ਅਸੀਂ ਜਿੱਤ ਕੇ ਜਾਣਾ ਹੈ ਪਰ ਸਹਿਬ ਹੱਥ ਬੜਿਆਈਆਂ ਜਿਸ ਭਾਵੇ ਦਿਸਦੇ ਸਹਿਬ ਹੱਥ ਬੜਿਆਈਆਂ ਜਿਸ ਭਾਵੇ ਦਿਸਦੇ ਉਧਰ ਬੈਠਾ ਸਰੀ ਡੋਲੀ ਐਵੀ ਸਰੀ ਕਿੱਥੇ ਆ ਗੱਲਾਂ ਟਿਕਾਣੇ ਲੱਗਦੀ ਹੈ ਪਟਾਕੇ ਪੈਂਦੇ ਆ ਹਰ ਗੱਲਾਂ ਜਿਹੜੀਆਂ ਕਹਿੰਦੇ ਫੜੀਆਂ ਹੁੰਦੀਆਂ ਜਗ੍ਹਾ ਭਰਾ ਸਾਡਾ ਮਾਰ ਤੇ ਸਰੀ ਕਹਿੰਦਾ ਹੁਣ ਫੀਲ ਗਾ ਸਾਡੇ ਵਾਲੀ ਆ ਹੁਣ ਫੀਲ ਗਾ ਸਾਡੇ ਵਾਲੀ ਉਧਰ ਦੋਨੇ ਬੁਲਾਰਿਆਂ ਦੇ ਲਈ ਸਾਡਾ ਜੱਗਾ ਬਾਈ ਬਹੁਤ ਵੱਡੇ ਮਾਣ ਜਿਹੜੇ ਪੇਟੇ ਕਰਕੇ ਗਿਆ ਹੈ ਜੇ ਯਾਰ ਬਸ ਵਾਲੇ ਜੱਗੇ ਬਾਈ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਘੋੜੀਆਂ ਦੇ ਯਾਰ ਵੀ ਕਹਿੰਦੇ ਅੱਜ ਨਾਲ ਪੁੱਜੇ ਹੈ ਤੇ ਵੱਡੇ ਮਾਣ ਜਿਹੜੇ ਪੇਟੇ ਹੋਏ ਤਿੰਨ ਓਵਰ ਸਮਾਪਤ ਹੈ ਉਨਤਾਲੀ ਹੋ ਗਏ ਜੀ ਉਨਤਾਲੀ ਉਧਰ ਕਹਿੰਦੇ ਸਾਡੇ ਵੀਰਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਜੱਗਾ ਬਾਈ ਹੈ ਕਾਂਤਾ ਵੀਰਾ ਈਸ਼ਵਰ ਬਾਈ ਹੈ ਬੱਬੂ ਬਾਈ ਹੈ ਡੱਬੂ ਵੀਰਾ ਹੈ ਇਹ ਵੀ ਕਹਿੰਦੇ ਵਿਸ਼ੇ ਤੌਰ ਤੇ ਆਏ ਹੋਏ ਹੈ ਯਾਰਾਂ ਨੂੰ ਯਾਰਾਂ ਤੇ ਮਾਣ ਹੁੰਦਾ ਹੈ ਯਾਰ ਹੁੰਦੇ ਆ ਮੋਢੇ ਤੇ ਰੱਖੀ ਰਫਲ ਦਲਾਲੀ ਵਰਗੇ ਸਾਡੇ ਕਾਂਤੇ ਈਸ਼ਵਰ ਨਾਲ ਕਹਿੰਦੇ ਗੱਬੂ ਬੱਬੂ ਤੇ ਯਾਰਾਂ ਦਾ ਯਾਰ ਜੱਗਾ ਟਰਾਂਸਪੋਰਟੀਆਂ ਜਝਾਰ ਪਾਸ ਵਾਲੇ ਦਾ ਜ਼ਿਕਰ ਕਰਨਾ ਪੈਂਦਾ ਹੈ ਉਹ ਗੱਲਾਂ ਹੁੰਦੀਆਂ ਉਨਤਾਲੀ ਬਣ ਗਏ ਚੌਥੇ ਵਰ ਦੀ ਸ਼ੁਭ ਆਰੰਭਤਾ ਸਾਡੇ
ਪਰ ਚਾਲ ਤੇ ਬਾਬਾ ਪਛਤੌੜਾ ਜੀ ਆਇਆ ਬਹੁਤ ਬਹੁਤ ਧਿਆਨ ਕਰਦੇ ਆ ਪਰ ਬਾਲ ਪਾਲੀ ਬੰਦਾ ਕਹਿੰਦੇ ਫਾਟਾ ਵੱਡਾ ਮੇਲਾ ਪਾਣੀ ਅੱਡੀ ਮਾਰੇ ਚੋਟੀ ਦੇ ਖਿਡਾਰੀ ਆ ਆ ਮੁੰਡਾ ਨਵੀਂ ਲੱਖੀ ਫੇਰ ਗਾ ਲੈ ਸਕਦੇ ਆ ਪਰ ਬਾਲ ਫੇਰ ਦੂਜੇ ਪਾਸੇ ਗੱਲ ਤੇ ਗੱਲ ਤੇ ਗੱਲ ਤੇ ਗੱਲ ਤੇ ਉਹਨੇ ਕਹਿੰਦੇ ਚਲੋ ਸੋਲਾਂ ਨੇ ਸੱਚੀ ਕਹੀ ਹੈ ਮਸੀਤਾਂ ਨੇ ਵੀ ਗੱਲਾਂ ਟਕਾਰੇ ਲਈ ਆਉਂਦਾ ਹੈ ਉਹ ਗੱਲਾਂ ਕਹਿੰਦੇ ਹੁੰਦੀਆਂ ਥਾਲ ਪਾਉਣ ਦੇ ਲਈ ਕਹਿੰਦੇ ਤਿਆਰ ਹੈ ਵੀ ਸਾਡੇ ਚਖਣਾ ਤੋਂ ਬਣ ਗਏ ਨਿਸ਼ਾਨ ਨਿਸ਼ਾਨਾ ਬਾਰੇ ਲੋਕ ਪੁੱਛ ਰਹੇ ਉੱਥੇ ਜੋ ਨੁੱਕਰੀ ਦਾ ਕਰਕੇ ਚਬਾਲ ਫੇਰ ਬਣੇ ਆਲ ਪੁੱਛ ਰਹੇ ਕੰਮ ਕਰਨ ਵਾਲਾ ਹੋਏ ਪਿਆਰੇ ਸੱਜਣਾ ਨੂੰ ਮਰੀ ਤੁਰ ਚੋ ਰਸਾਈ ਦਾ ਸਾਰ ਤੋਂ ਪਿਆਰੇ ਸੱਜਣਾ ਨੂੰ ਮਰੀ ਤੁਰ ਚੋ ਰਸਾਈ ਦਾ ਜਿਹਦੇ ਜਿਹਦੇ ਦਿਲ ਦੇ ਵਿੱਚ ਵਸਿਆ ਨਾ ਸਣੀ ਉਹਦੇ ਲੋਕਾਂ ਨੂੰ ਪਤਾ ਲੱਗ ਗਿਆ ਉਹਦੇ ਢੋਲ ਵੱਜ ਗਿਆ ਵੀ ਕੀ ਤੋਂ ਕੀ ਗੱਲ ਬਣਦੀ ਆ ਪਰ ਸੁੱਖੇ ਨੇ ਕਿਹਾ ਧੁੱਕੀ ਕਰ ਦਿੰਦੀ ਆ ਕਹਿੰਦਾ ਆਜਾ ਕਰਾ ਉਹ ਗੱਲਾਂ ਟਕਾਰੇ ਲਾਵਾਂਗੇ ਸਾਰ ਪਾਉਣ ਦੇ ਲਈ ਹੈਰਾਨ ਪਿੰਡ ਵਾਲਾ ਫੇਰ ਬਣ ਗਿਆ ਮੈਂ ਤੇ ਚੋਟੀ ਦਾ ਮੇਰੇ ਵੀਰੋ ਦੋਨੋਂ ਟੀਮਾਂ ਦੇ ਦਰਮਿਆਨ ਮੇਰੀ ਬੇਨਤੀ ਆ ਬਾਈ ਉਹਨਾਂ ਦੋ ਇੱਕ ਮੈਚ ਹੋ ਜਾ ਕਰੋ ਦੋ ਇੱਕ ਮੈਚ ਹੋ ਜਾ ਕਰੋ ਜੇ ਚਾਰੇ ਹੋ ਗਏ ਤਾਂ ਚਾਰੇ ਗਰਾਊਂਡ ਦੇ ਵਿੱਚ ਓਨੇ ਫੀਲਡ ਨਹੀਂ ਹੈਗੇ ਜਿਵੇਂ ਆਪਾਂ ਦੋ ਅਸੀਂ ਖੜੇ ਆ ਚਾਰ ਤੁਸੀਂ ਹੋ ਗਏ ਛੇ ਜਾਣੇ ਬਹੁਤ ਔਖਾ ਹੋ ਜਾਣਾ ਦੋ ਅੰਪਾਇਰ ਖੜੇ ਆ ਗਿਆਰਾਂ ਦੇ ਪੂਰੇ ਹੋ ਗਏ ਤੇ ਬਾਰਵਾਂ ਕਹਿੰਦੇ ਕੈਮਰਾਮੈਨ ਹੋ ਜਾਂਦਾ ਉਹ ਬੱਲੇ 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 ਆ ਪਿਛਲੇ ਮੈਚ ਦਾ ਹੀਰੋ ਆ ਉਸ ਵਕਤ ਧੂੜ ਵਿਸ਼ੇਸ਼ ਚੱਲ ਰਿਹਾ ਹੈ ਵੀਰ ਸਾਡਾ ਰਵੀ ਪਾਲੂ ਸਾਡੇ ਸਮੇਂ ਵੀਰ ਨੌਜਵਾਨਾਂ ਗੱਲਾਂ ਜਿਹੜੀਆਂ ਹੋਈਆਂ ਦੁਨੀਆਂ ਦੀ ਗੱਲ ਝੂਠੀ ਹੈ ਕੋਈ ਕਿਸੇ ਵੀ ਮਰਦਾ ਨੀ ਚਾਰ ਦੇਰ ਦਾ ਫੈਸਲਾ ਬੜਾ ਵੱਡਾ ਕੋਈ ਸੂਈ ਚੁਬੀ ਵੀ ਚੜਦਾ ਨੀ ਮੌਤ ਵੱਲ ਪੈਰ ਧਰਦਾ ਨੀ ਕੋਈ ਆਪੇ ਮੌਤ ਵੱਲ ਪੈਰ ਧਰਦਾ ਨੀ ਮਣੀ ਗੱਲ ਇਹ ਗੱਲ ਸੱਚੀ ਕਹੀ ਹੈ ਕੋਈ ਆਪੇ ਮੌਤ ਵੱਲ ਨੀ ਪੈਰ ਧਰਦਾ ਮੇਰੇ ਵੀਰੋ ਰੱਬ ਨੇ ਜੇ ਤੇ ਗੱਲ ਵੱਖਰੀ ਹੈ ਸਾਰੇ ਕਹਿੰਦੇ ਫੇਰ ਪੰਡਲੀ ਮੁੰਡਾ ਭੱਜਿਆ ਉਹ ਬੱਲੇ ਬੱਲੇ ਪਿੰਡੀ ਤੇ ਕਰਾਈ ਹੈ ਥੱਲੇ ਕਹਿੰਦੇ ਲੱਖੀ ਹੈ ਕੋਰਸ ਹੋਈ ਬੱਲੇ ਬੱਲੇ ਤੋਂ ਠੀਪਾ ਕਿਹੜਾ ਭਰਾ ਸਕਾ ਉਹਦੇ ਫਾਦਰ ਸਾਹਿਬ ਪੰਚਾਇਤ ਮੈਂਬਰ ਅਭਿਸ਼ੇਕ ਹੋਏ ਸਾਡੇ ਦਰਮਿਆਨ ਪਹੁੰਚਿਆ ਤੇ ਨਾ ਸਾਡਾ ਭਰਾ ਹਰਚਰਨ ਸਿੰਘ ਜੀ ਉਹਦੇ ਫਾਦਰ ਸਾਹਿਬ ਉਹ ਵੀ
ਵਿਸ਼ੇਸ਼ਤਾ ਦੇ ਸਾਡੇ ਦਰਮਿਆਨ ਆਇਆ ਬੜੀ ਮਾਂ ਚ ਤਿਆਰ ਪਰ ਤਿਆਰ ਆ ਮੇਰੇ ਵੀਰ ਮੈਂ ਚ ਵੱਡਾ ਖੇਡਿਆ ਜਾ ਰਿਹਾ ਕੀਤਾ ਕਹਿੰਦੇ ਤਾਰੇ ਵਾਲਾ ਇਹ ਬੜੇ ਲੰਮੇ ਸਮੇਂ ਤੋਂ ਕ੍ਰਿਕਟ ਦੇ ਮੈਦਾਨਾਂ ਦੇ ਨਾਲ ਜੁੜਿਆ ਹੋਇਆ ਹੈ ਵੀ ਰਾਸੀ ਜਿਹੜੇ ਛੱਡਦੇ ਪੈਰਾਂ ਨੱਪਾ ਲੱਗ ਗਏ ਨੇ ਸਿਰਫਿਆਂ ਨੇ ਅੱਜ ਕੱਲ੍ਹ ਸਾਨੂੰ ਦਸਾਂ ਲੱਗ ਗਏ ਨੇ ਤੂੰ ਤੂੰ ਅੱਖਾਂ ਲੱਗ ਗਏ ਜਿਹੜੇ ਜੀ ਜੀ ਕਹਿੰਦੇ ਸੀ ਯਾਰੀਆਂ ਪਰਖਾਂ ਲੱਗ ਗਏ ਜਿਹੜੇ ਨਾਮ ਹੀ ਨਹੀਂ ਲੈਂਦੇ ਸੀ ਦੋ ਅੱਖਰਾਂ ਦੇ ਪਿੰਡ ਮੂਲ ਦੇ ਨਾਲੋਂ ਲੈ ਲੈ ਕੇ ਨਵੇਂ ਸ਼ਰਾਰੂ ਸ਼ਿਰ ਮੈਨੂੰ ਪਾਸ ਕਹਿ ਕਹਿ ਕੇ ਲਾਉਣਾ ਔਖਾ ਹੋਇਆ ਤੇਰੀ ਚੁੱਪੜੀ ਚੰਦੋ ਬੋਲਣ ਲਾਤਾ ਲੋਕਾਂ ਨੂੰ ਤੇਰੀ ਚੁੱਪੜੀ ਚੰਦੋ ਬੋਲਣ ਲਾਤਾ ਲੋਕਾਂ ਨੂੰ ਅੱਜ ਲੋਕੀ ਗੱਲਾਂ ਕਰਨ ਲੱਗ ਗਏ ਆ ਜਦੋਂ ਮੂੰਹ ਜ਼ੋਰ ਜ਼ੋਰ ਗੱਲਾਂ ਹੋਣ ਲੱਗ ਜਾਣ ਇਹ ਸਮਝ ਲਓ ਵੀ ਚੜ੍ਹਾਈ ਆ ਮੂੰਹ ਤੇ ਘੱਟ ਤੇ ਪਿੱਠ ਤੇ ਵੱਧ ਗੱਲਾਂ ਹੋਣ ਇਹ ਵੀ ਸਮਝ ਲਓ ਵੀ ਬੰਦੇ ਦੀ ਫਿਰ ਚੜ੍ਹਾਈ ਦਾ ਬਾਬਾ ਬਖਤਾਰਾ ਬੈਠਾ ਮਾਰਦਾ ਪੱਟਾਂ ਦੇ ਥਾਪੀਆਂ ਜਿਹੜਾ ਸਵਾਲ ਵਜਾ ਹਜ਼ਾਰ ਆ ਰਿਹਾ ਬਾਬਾ ਬਖਤਾਰਾ ਕਹਿੰਦਾ ਆਓ ਸਾਹਮਣੇ ਸੋਰੀ ਬਾਹਰ ਗਲਤ ਕਹੇ ਲੱਗਦੇ ਆ ਹਾਂ ਦੇਖ ਰਾਜ ਕਹਿੰਦੇ ਬਾਬਾ ਵੀ ਪੂਰਾ ਖੁਸ਼ ਹੈ ਬਾਬਾ ਵੀ ਪੂਰਾ ਖੁਸ਼ ਹੈ ਬੁੱਢ ਨਾਣਾ ਜਾਣੀ ਪੱਟ ਨੂੰ ਚਗਾਠਲੀ ਬੁੱਢ ਨਾਣਾ ਜਾਣੀ ਪੱਟ ਨੂੰ ਚਗਾਠਲੀ ਬੁੱਢ ਨਾਣਾ ਜਾਣੀ ਕਹਿੰਦਾ ਬਾਬੇ ਨੂੰ ਆਹ ਗੱਲਾਂ ਕਹਿੰਦੇ ਹੁੰਦੀਆਂ ਪੰਜਵਾਂ ਓਵਰ ਚੱਲ ਰਿਹਾ ਹੈ ਜ਼ੋਰ ਕਹਿੰਦੇ ਲੱਗਿਆ ਹੋਇਆ ਹੈ ਵੀ ਜ਼ੋਰ ਤੇ ਜਵਾਨੀ ਜਦ ਉਮਰਾਂ ਨਾਲ ਗੇੜ ਬਈ ਇਹਦੇ ਵਿੱਚ ਹੁੰਦਾ ਯਾਰ ਰੋਸਾਨਾ ਬੜਾ ਭੇੜ ਬਈ ਜ਼ੋਰ ਦੋਨੋਂ ਟੀਮਾਂ ਦੇ ਦਰਮਿਆਨ ਜਿਹੜਾ ਲੱਗ ਚੁੱਕਿਆ ਤੇ ਬਾਲ ਜਿਹੜੀ ਵਾਈਡ ਹੈ ਬਾਲ ਜਿਹੜੀ ਵਾਈਡ ਹੈ ਵੱਡਾ ਮੇਲਾ ਪਿੰਡ ਹੈ ਰੋਲੀ ਭਾਈ ਦੇ ਲਾਗੇ ਕਰਕੇ ਲੱਗੀਆਂ ਹੋਈਆਂ ਰੌਣਕਾਂ ਦੇ ਵੀ ਮਣੀ ਬਾਕੇ ਬਾਕੇ ਕਿਲੋ ਦੇ ਭਰਾ ਸਾਡਾ ਗਗਨ ਗਿੱਲ ਜਿਹੜਾ ਕਹਿੰਦੇ ਟਰਾਂਸਪੋਰਟੀ ਆ ਕਨੇਡਾ ਚ ਬੈਠਾ ਪਿਆਰ ਕਹਿੰਦੇ ਪਵਨ ਕਨੇਤੀ ਦੇ ਨਾਲ ਹਰ ਗਗਨ ਗਿੱਲ ਟਰਾਂਸਪੋਰਟੀ ਆ ਪਿਆਰ ਕਹਿੰਦੇ ਭਰਾ ਸਾਡੇ ਭੰਦਰ ਹੋਰਾਂ ਦੇ ਨਾਲ ਪਿਆਰ ਕਹਿੰਦੇ ਸੁਖਜਿੰਦਰ ਭਰਾ ਕਨੇਡਾ ਦੇ ਨਾਲ ਗਗਨ ਗਿੱਲ ਸੁਖਜਿੰਦਰ ਦਾ ਯਾਰ ਟਰਾਂਸਪੋਰਟੀ ਆ ਉਹ ਵੀ ਜੁੜਿਆ ਬੈਠਾ ਜਿਹੜੇ ਕਹਿ ਕਦਮੋ ਯੋਗਦਾਨ ਭੇਜੇ ਨੇ ਕਦਮੇ ਯੋਗਦਾਨ ਭੇਜੇ ਵੀ ਜਿੱਥੇ ਗਏ ਪੰਜਾਬੀ ਤੋੜੀਆਂ ਨੇ ਅੜੀਆਂ ਗੈਰ ਜਾਂਦੇ ਵਿੱਚ ਗੱਡੀਆਂ ਮਹਿੰਗੀਆਂ ਨੇ ਖੜੀਆਂ ਕਨੇਡਾ ਦੇ ਭਰਾਵਾਂ ਨੇ ਅੜੇ ਕਦੇ ਕੱਢਿਆ ਸੋਲਾਂ ਨੇ ਗੱਲ ਸੱਚੀ ਪਾਰਸਾ ਇਹਨਾਂ ਲਈ ਵੀਰਾਂ ਦੇ ਦਿਲ ਬਾਹਲੇ ਵੱਡੇ ਹੋ ਸੋਲਾਂ ਨੇ ਗੱਲ ਸੱਚੀ ਪਾਰਸਾ ਗਗਨ ਗਿਲਦੇ ਉਹ ਭੈਣਾ ਵਾਈਡ ਛੱਡਦੇ ਸੁਖਜਿੰਦਰ ਦਾ ਉਹ ਭਜਲਾ ਮਰਜਾ ਸਪੁੱਤੀਆਂ ਵੱਜਦਾ ਹਰ ਗੱਲਾਂ ਕਿ ਨਸਦੀਆਂ ਉਹ ਵੀ ਕੀ ਕਰੀਏ ਤਾਂ ਯਾਰ ਗੱਲਾਂ ਜਿਹੜੀਆਂ ਬੜੀਆਂ ਹੁੰਦੀਆਂ ਉਹ ਸਾਹਮਣੇ ਬਾਹਰ ਲਖਦੀਪ ਫੇਰ ਦਰ ਜਾ ਰਹੀ ਹੈ ਗੱਭਰੂ ਕਹਿੰਦੇ ਫਿਰ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਗੱਭਰੂ ਦੇਸ਼ ਮੇਰੇ ਤੇ ਸੋਹਣੀ ਚੌੜੀਆਂ ਹਿੱਟਾਂ ਤੇ ਮਨਮੋਹਣੇ ਆ ਗਏ ਵਿੱਚ ਮੈਦਾਨਾਂ ਦੇ ਵੇਖਣ ਵਾਲੇ ਹੁੰਦੇ ਦੋਸਤੋ ਯੋਹਰ ਜਵਾਨਾਂ ਦੇ ਆਹ ਮੁੰਡਾ ਪਿਛਲੇ ਮੈਚ ਦਾ ਹੀਰੋ ਪਿਛਲੇ ਮੈਚ ਰਨ ਰੋਕੇ ਹੈ ਐਤਕੀ ਸਕੋਰ ਬਣਾਉਣ ਨੂੰ ਫਿਰਦਾ ਮੇਰੇ ਵੀਰੋ ਪਿਛਲੇ ਮੈਚ ਵੱਡੀ ਮਾਇਆ ਮਿਲੀ ਹੈ ਜੱਗੇ ਬਾਈ ਹੋਣਾਂ ਨੇ ਵੱਡੇ ਮਾਣ ਕਰੇ ਹੈ ਕਮੇਟੀ ਨੇ ਵੱਡੇ ਮਾਣ ਕਰੇ ਹੈ ਉਧਰ ਕਹਿੰਦੇ ਜਿਹੜੇ ਆਊਟ ਹੋ ਗਏ ਉਹ ਵੀ ਦੱਸ ਰਹੇ ਆ ਤੇ ਜਿਹਨਾਂ ਨੇ ਹਜੇ ਆਉਣਾ
ਕੋਈ ਦੱਸ ਰਿਹਾ ਵੀ ਐ ਤੋਂ ਐ ਖੇਡਣਾ ਪੈਣਾ ਕੀ ਤੋਂ ਕੀ ਕਰਨਾ ਪੈਣਾ ਕਿਉਂਕਿ ਸੈਮੀ ਫਾਈਨਲ ਹੈ। ਸੈਮੀ ਫਾਈਨਲ ਦੇ ਵਿੱਚ ਜ਼ੋਰ ਬੜਾ ਲੱਗਦਾ ਮੇਰੇ ਵੀਰੋ। ਅਗਲੀ ਬਾਲ ਪਾਉਣ ਦੇ ਲਈ ਫੇਰ ਰਾਜ ਪਿੰਡ ਵਾਲਾ ਧਿਆਨ ਬੱਲੇ 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 ਰੋਸ਼ਨ ਆਸਟ੍ਰੇਲੀਆ ਤੇ ਸਣੀ ਫੁੱਲੀ ਕਾਫੀ ਨੇ ਕਾਪੀਆਂ ਕਰੇ ਯਾਰ ਬੋਲਰ ਅਰਸ਼ ਇਹਨ ਗੱਲਾਂ ਕਹਿੰਦੇ ਹੁੰਦੀਆਂ ਮੇਰੇ ਵੀਰੋ। ਖੇਡ ਦੇ ਮੈਦਾਨ ਦੇ ਵਿੱਚ ਫੇਰ ਵੇਖਦੇ ਆ ਨਾਈਨ ਕਹਿੰਦੇ ਤਿਆਰ ਪਰ ਤਿਆਰ ਹੈ। 74 ਸਕੋਰ ਜਿਹੜੇ ਬਣ ਗਏ ਆ ਤੇ ਲਾਸਟ ਓਵਰ ਦੀਆਂ ਜਿਹੜੀਆਂ ਬਾਲਾਂ ਖੇਡ ਦੇ ਮੈਦਾਨ ਦੇ ਅੰਦਰ ਪਾਉਣ ਦੇ ਲਈ ਗੱਭਰੂ ਕਹਿੰਦੇ ਤਿਆਰ ਪਰ ਤਿਆਰ ਹੈ ਮੇਰੇ ਵੀਰੋ। 74 ਬਣ ਗਏ ਆ, 5 ਓਵਰ ਜਿਹੜੇ ਹੋ ਚੁੱਕੇ ਆ, 5 ਓਵਰ ਜਿਹੜੇ ਹੋ ਚੁੱਕੇ ਆ ਤੇ ਲਾਸਟ ਓਵਰ ਦੀ ਬਾਲ ਪਾਉਣ ਦੇ ਲਈ ਨਾਈਨ ਗੱਭਰੂ ਕਹਿੰਦੇ ਤਿਆਰ ਹੈ। ਪਹਿਲੀ ਬਾਲ ਹੈ ਵੀ ਕਾਪੀਆਂ ਤੋਂ ਬਿਨਾਂ ਵੀ ਹਿਸਾਬ ਕਈ ਕਰ ਰਹੇ ਨੇ, ਧਾਨ ਉੱਤੇ ਖੇਡੇ ਹੋਏ ਬਾਲਾਂ ਨੇ ਭਰ ਰਹੇ ਨੇ। ਦੇਖਣਗੇ ਪਾਰਸਾ ਜੋ ਕਰਾਂਗੇ ਜਿਹੜਾ ਕਿਸੇ ਨੇ ਨੀ ਕੀਤਾ, ਹੁਣ ਉਹ ਕਰਾਂਗੇ ਜਿਹੜਾ ਕਿਸੇ ਨੇ ਨੀ ਕੀਤਾ, ਹੁਣ ਉਹ ਕਰਾਂਗੇ। ਹੁਣ ਵੇਖਦੇ ਕੀ ਬਣਦਾ ਕੀ ਜੁੜਦਾ, ਕੌਣ ਰਹਿੰਦਾ ਕੌਣ ਮੁੜਦਾ। ਅਸੀਂ ਮਨੀ ਕਰ ਚੱਕਰ ਸਾਨੂੰ ਹੁੰਦੀ ਹੈ ਪਹਿਲਾ ਪ੍ਰਾਈਜ ਅਜੇ ਕਹਿੰਦੇ ਮੇਰੇ ਭੰਡਰ ਭਰਾ ਸਕਦਾ ਉਹਦੇ ਪਰਿਵਾਰ ਨੂੰ ਦਿੱਤਾ ਜਾਣਾ, ਫਿਰ ਦੂਜਾ ਪ੍ਰਾਈਜ ਸੁਖਜਿੰਦਰ ਉਹਦੇ ਪਰਿਵਾਰ ਨੂੰ ਦਿੱਤਾ ਜਾਣਾ। ਅਜੇ ਕਹਿੰਦੇ ਬੰਦੇ ਮਿਲੇ ਤੇ ਪਰ ਸਭ ਨੇ ਬਾਤ ਕਰ ਰਹੀ ਹੈ। ਦੂਜੇ ਪਾਸੇ ਮੈਨੂੰ ਅਰਸ਼ 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 ਫਰਿੱਕ ਦੇਖਣਾ ਜੋੜ ਜੋ ਗਿਆ ਕਿੰਨਾ ਸੋਹਣਾ ਮਾਰਿਆ ਉਹਦੇ ਕਢਾਈ ਹੋ ਜਾਣਾ ਜਦੋਂ ਬੰਦਾ ਸੁਰਖੀਆਂ ਜਾ ਰਹਿਣਾ ਫਿਰ ਕਹਿੰਦੇ ਕ੍ਰਿਤੀ ਸੀ $5 ਅਮਰੀਕਾ ਦੇ ਦਿੱਤੇ ਜਾਣੇ ਆ। ਸਰਪੰਚ ਦੇਸ਼ ਹੈ ਦੁਨੀਆ ਦਾ ਅਮਰੀਕਾ, ਅੱਜ ਚੱਲਦੀ ਹੈ ਅਮਰੀਕਾ ਦੀ। ਖਰਚਾ ਟੈਨਸ਼ਨ ਕਿਆ ਲੱਗਾ
ਗਰਾਊਂਡ ਦੀ ਅੱਖ ਤੋਂ ਭਰ ਕੇ ਚਾਰ ਵਜੇ ਨਹੀਂ ਬੈਠਦਾ ਸੰਜੂ ਸੈਮ ਸਿੰਘ ਲਈ ਨਾ ਹੋਈ ਇੱਕ ਗੱਲ ਹੋਰ ਭਰਾ ਵੜ ਕੇ ਗਰਾਊਂਡ ਦੀ ਸੌ ਨਾ ਖਾ ਕਰੋ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਬੰਪ ਸ਼ੋ ਜਦੋਂ ਫਿਰ ਉਹ ਮਾਫ਼ੀ ਮੰਗਣ ਲੱਗ ਰਹਿੰਦੇ ਇਹ ਸਚਾਈ ਹੈ ਨਾ ਬਾਹਰ ਦੇਖ ਰਿਹਾ ਸੁਖਜਿੰਦਰ ਦੇ ਭਿੱਡ ਕਰੀ ਬੰਪ ਦੋ ਛੱਕੇ ਹੀਟਰ ਹੈ 500 ਦੇ ਸੰਜੂ ਸੈਮਸੰਗ ਉਹਦੇ ਅੜਕੀ ਨਾ ਹੋਵੇ ਸੈਮਸੰਗ ਹੈ ਕਿ ਸੈਮਸੰਗ ਆ ਉਹ ਸੈਮਸੰਗ ਠੀਕ ਹੈ ਜੀ ਬਾਈ ਜੀ ਜੀਵਨ ਕਿਸੇ ਦਾ ਨਾ ਟੈਸ਼ਨ ਆਉਂਦਾ ਇਹਦਾ ਤੇਰੇ ਦੋ ਛੱਕਿਆਂ ਦੇ 500 ਹੈ ਦੋ ਛੱਕਿਆਂ ਦੇ 500 ਬਾਈ ਪਹਿਲਾਂ ਫੋਨ ਦੇਖਦਾ ਹੁੰਦਾ ਸੀਗਾ ਹੁਣ ਮੈਚ ਦੇਖੋ ਕਿਉਂ ਨੀ ਬਾਈ ਐ ਨੀ ਯਾਰ ਆਉਣਾ ਫਿਰ ਇੱਕ ਗੱਲ ਬਣੀ ਹੈ ਤੇ ਵੇਖਾਂਗੇ ਵੀ ਹੁਣ ਪਹਿਲੀ ਇਨਿੰਗ ਦੀਆਂ ਕੁਝ ਬਾਲਾਂ ਪਾਕੀ ਤੇ ਕੁਝ ਕੁ ਛੱਕੇ ਚੁੱਕ ਕੇ ਕੁਝ ਕੁ ਸਕੋਰ ਬਣਾਉਣੀ ਬਾਕੀ ਕਿੰਨੀਆਂ ਬਾਲਾਂ ਰਹੀਆਂ ਦਵਿੰਦਰ ਬਾਈ ਬਾਲ ਸਾਹਿਬ ਕਿਹੜਾ ਚੱਕ ਭੱਜ ਗਏ ਕਿਆ ਲੱਗਦਾ ਹੈ ਧੀਰਾ ਖੜਾਉਣਾ ਧੀਰਾ ਦੇਖ ਲੈਗਾ ਤੁਸੀਂ ਸਤੂ ਦੇਖ ਆ ਬਾਈ ਥੱਲੇ ਲੱਗ ਗਈ ਉਹ ਬਾਈ ਫੀਲਡੀ ਲਵਾ ਲੱਕੀ ਯਾਰ ਫੀਲਡੀਆਂ ਲਵਾ ਆਊਟ ਦੇਣਾ ਜਾਂ ਨਹੀਂ ਦੇਣਾ ਓਏ ਅਪਡੇਟ ਵਾਲਾ ਕੋਲੇ ਬਾਹਰ ਦੇ ਅੱਜ ਅਪਡੇਟ ਵਾਲਾ ਕੋਲੇ ਬਾਅਦ ਕੋਲੇ ਬਾਅਦ ਅੱਜ ਬਹੁ ਦੋ ਪਈਆਂ ਇੱਕ ਲੈ ਲਾ ਉਹ ਬਾਈ ਯਾਰ ਸਟੇਜ ਤੇ ਭੇਜੋ ਇਹਨਾਂ ਨੂੰ ਯਾਰ ਉਹਦੇ ਪ੍ਰਿੰਸ ਭਰਾ ਸਾਡਾ ਕਹਿੰਦੇ ਪਾਸੇ ਵਿਸ਼ੇਸ਼ ਤੌਰ ਤੇ ਆਇਆ ਬਹੁਤ ਬੜਾ ਧੰਨਵਾਦ ਆ ਹਾਂ ਪਿਆਰ ਹੈ ਕਹਿੰਦੇ ਲੈਮਨ ਦੇ ਨਾਲ ਸਾਡੇ ਗੱਲ ਦੇ ਭਰਾ ਸਾਡੇ ਆ ਕਈ ਲੈਮਨ ਨੇੜੇ ਬੈਠੇ ਕਰ ਕਰੇ ਕਈ ਕਹਿੰਦੇ ਕਲਾਈ ਵਾਲੇ ਕਹਿੰਦੇ ਵੀ ਸਾਨੂੰ ਕਹਿ ਦਿੰਦਾ ਲੈਮਨ ਨੂੰ ਨਹੀਂ ਕਹਿੰਦਾ ਕਹਿੰਦੇ ਰੀਤ ਜਿਹੜੀ ਲੈਮਨ ਨੇ ਚਲਾਈ ਆ ਵੀ ਕਮੈਂਟੇਟਰਾਂ ਤੋਂ ਥੋੜੇ ਪਾਸੇ ਜਾਣ ਵਾਲੀ ਇਹ ਤੈਨੂੰ ਗੱਲ ਕਹਿੰਦੀ ਹੁਣ ਤੂੰ ਨੇੜੇ ਹੋ ਜਾ ਕਰ ਕਰਾ ਇਹ ਵੀ ਕਿ ਤੂੰ ਮੈਨੂੰ ਚੰਗਾ ਕਰਤਾ ਹੂੰ ਅਸੀਂ ਲੈਂਦਾ ਨੂੰ ਲਾਂਭਾ ਨਹੀਂ ਦੇ ਸਕਦੇ ਸੀ ਕਿੰਨੀਆਂ ਰਹੀਆਂ ਦਵਿੰਦਰਾ ਇੱਕ ਰਹਿ ਗਈ ਹੈ ਲੈਰੀ ਭਾਊ ਇੱਕ ਰਹਿ ਗਈ ਹੈ ਇੱਕ ਸ਼ਾਂਤ ਭੱਜ 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 ਹੋਏ ਗੱਭਰੂ ਹੈ ਸਿੰਗਲ ਤੋਂ ਡਬਲ ਕਿੰਨੇ ਮਿਲ ਗਏ ਲੈਣਾ 10 ਕੇ ਨਾਲ ਨੇੜੇ ਹੋ ਗਿਆ 10 ਕੇ ਨਹੀਂ 99 ਹੋ ਗਏ 90 ਬਣਾਉਣੇ ਆ 99 ਹੋ ਗਏ 90 ਬਣਾਉਣੇ ਆ ਆ ਜਾ ਗੁਰੂ ਸਰੀਆ ਲਵਲੀ ਦਾ ਸਨਮਾਨ ਮੈਂ ਤਾਂ ਕਹਿੰਦਾ ਆਈ ਨਹੀਂ ਖਰਚਾ ਕੋਲੇ ਜਾਣਾ ਲਵਲੀ ਇੱਕ ਨਹੀਂ ਖਰਚਾ ਜਸ਼ਨ ਖਰਚਾ ਜੇ ਜਿੱਤੇ ਹੁੰਦੇ ਖੜਦੇ ਹੀ ਆ ਵੀ ਲਵਲੀ ਕਰਾ ਸਾਰੇ ਕਮੇਟੀ ਵਾਲੇ ਮੁੰਡੇ ਸਾਰੇ ਕਲੱਬ ਵਾਲੇ ਸਾਰੇ ਪਿੰਡ ਵਾਲੇ ਸਾਰੇ ਖੇਡਣ ਵਾਲੇ ਆ ਜਾਓ ਕਿਰਾ ਲਾਹੌਰੀ ਦਾ ਕਰੀਏ ਸਨਮਾਨ 31,000 ਦੀ ਨਗਦ ਰਾਸ਼ੀ ਲਾਹੌਰੀ ਗੁਰੂ ਸਰੀਏ ਦਾ ਸਨਮਾਨ ਕੀਤਾ ਜਾਵੇਗਾ ਮੇਰੇ ਵੀਰੋ ਇਹ ਵੀ ਲਾਹੌਰੀ ਉਹ ਗੱਲ ਆ ਵੀ ਇੱਕ ਮੁੜੇ ਝੱਕਾ ਫੋੜਾ ਪਾਰ ਸੇ ਬਣਾਤਾ ਚੱਕ ਮਿੱਟੀ ਵਿੱਚੋਂ ਰੋੜਾ ਨੂੰ
ਮੜੀਆਂ ਦਾ ਦੀਵਾ ਚੱਕ ਮਹਿਲਾਂ ਦੇ ਉੱਤੇ ਧਰਤਾ ਹੈ। ਧੰਨਵਾਦ ਦਾਤਿਆਂ ਤੋਂ ਇੰਨੇ ਜੋਗੇ ਕਰਤਾ ਹੈ, ਧੰਨਵਾਦ ਦਾਤਿਆਂ ਤੋਂ ਇੰਨੇ ਜੋਗੇ ਕਰਤਾ ਹੈ। ਇੱਥੇ ਕਰਦੀ ਹੈ ਸਨਮਾਨ ਸਟੇਜ ਦੇ ਸਾਹਮਣੇ। ਹਾਂ ਫੌਜੀ, ਆਈਫੋਨ ਵਾਲਾ ਫੌਜੀ ਆਇਆ ਹੋਇਆ ਸਾਡਾ ਸਨੀ, ਆਈਫੋਨ ਵਾਲਾ ਫੌਜੀ ਆਇਆ ਹੋਇਆ ਬਾਕੀ ਗੁਰਪ੍ਰੀਤ ਸਿੰਘ ਨਾਲ ਭਿੰਦਰ ਦੇ ਫਾਦਰ ਸਾਹਿਬ, ਸਰਵਨ ਸਿੰਘ ਜੀ, ਪਰਮਜੀਤ ਸਿੰਘ ਜੀ ਸਾਡੇ, ਦੀਪਾ ਕਨੇਡਾ ਦੇ ਫਾਦਰ ਸਾਹਿਬ, ਗੁਰਜੋਤ ਆਸਟ੍ਰੇਲੀਆ ਦੇ ਫਾਦਰ ਸਾਹਿਬ ਉਹ ਵੀ ਆ ਜਾਣਗੇ। ਸਰਦਾਰ ਕੇਵਲ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਆਓ ਜੀ, ਕਿਰਾ ਆ ਜਾਓ ਜੀ ਸਾਰੇ। ਹਰਦੇਵ ਭਾਈ ਫੌਜੀ ਲਿਆ ਆਪਣੇ ਬਾਈ ਉਹਨਾਂ ਨੂੰ ਆ ਜਾਓ ਜੀ। ਸਰਦਾਰ ਕੁਲਵੰਤ ਸਿੰਘ ਜੀ ਉਹ ਵੀ ਆ ਜਾਣਗੇ। ਮੈਂ ਕਹਿੰਦਾ ਸਾਰੇ ਆ ਜਾਓ ਜੀ, ਜਿੰਨੇ ਸਟੇਜ ਤੇ ਬੈਠੇ ਆ ਜਾਓ ਯਾਰ, ਆ ਜਾਓ ਜੀ। ਦਰਸ਼ਨ ਸਿੰਘ ਜੀ ਭਿੰਦਰ ਕਨੇਡਾ ਦੇ ਫਾਦਰ ਸਾਹਿਬ, 99 ਬਣੇ 90 ਬਣਾਉਣੇ ਆ। ਆ ਜਾ ਨੀਂਦਾਂ ਉੱਡ ਜਾਣਗੀਆਂ ਹੁਣ, ਹੁਣ ਨੀ ਨੀਂਦ ਆਉਣ ਦਿੰਦੇ ਹੁੰਦੇ ਅਸੀਂ ਕੰਨਾਂ 'ਚ ਬੱਜੀ ਜਾਵਾਂਗੇ ਜਦੋਂ ਬੰਦਾ ਸੌਂ। 31 ਆ ਵੀ ਆ ਰਹੇ ਭਾਈ, ਕੋਈ ਹੋਰ ਹੀ ਨਾਲੇ ਜੇ ਲਵਲੀ ਬਣ ਕੇ ਕੀ ਬਣੂ ਤੂੰ ਤਾਂ ਭਵਿੱਖਬਾਣੀਆਂ ਬਹੁਤ ਕਰਦਾ ਜਿਹੜਾ ਗਰਮੀ ਲੇਕਿਨ ਸਹੀ ਜਾਨ ਸਰਦਾਰ ਪ੍ਰਗਟ ਸਿੰਘ ਦੇ ਪੁੱਤਰੋਂ ਸਨਮਾਨ ਹੋਏ ਕਰੀ, ਤਾੜੀਆਂ ਜ਼ੋਰਦਾਰ ਮੇਰੇ ਵੀਰੋ, ਇਹ ਮਾਣ ਹਾਸਲ ਹੈ ਤੇ ਬਾਪੂ ਨੂੰ ਵੀ ਮਾਣ ਆਪਣੇ ਪੁੱਤ ਦੀ ਖੇਡ ਦੇ ਉੱਪਰ, ਜਿਹੜੇ ਮੁਕਤਸਰ ਸਾਹਿਬ ਦਾ ਕਹਿੰਦੇ ਮੇਰੇ ਵੀਰੋ ਮਦੀਰ ਦੇ ਲਾਗੇ ਕਰਕੇ ਗੁਰੂ ਸਰ ਪਿੰਡ ਹੈ ਲਵਲੀ ਦਾ, ਪ੍ਰਗਟ ਸਿੰਘ ਦੇ ਪੁੱਤ ਦਾ ਸਨਮਾਨ 31,000 ਦੇ ਨਾਲ ਹੋਇਆ ਹੈ। ਸਾਡੇ ਵਾਲੇ ਘਰ ਚ ਮਾਰਨੇ ਆਪ ਹੀ ਪੈਂਦਾ।
ਸਾਰਾ ਜਾਨ ਨਾਲ ਹੀ ਕਹਿੰਦੇ ਚੌਕਾ ਜਾ ਲੈਂਦੇ ਚੌਕਾ ਆ ਗਿਆ ਹਾਂਜੀ ਹਾਂਜੀ ਅਨਮੋਲ ਕਿਵੇਂ ਆ ਯਾਰ ਅਨਮੋਲ ਮਿਲੀ ਜਾ ਮਡੀਲਾ ਦਾ ਕਿਵੇਂ ਯਾਰ ਅਜੇ ਬੋਲਾਂ ਵੇਖਿਆ ਹੋਰ ਨਹੀਂ ਨਹੀਂ ਟਰਾਂਸਪੋਰਟ ਰਿਵਿਊ ਲੈ ਲਿਆ ਵਾਈਟ ਦਾ ਵਾਈਟ ਦਾ ਰਿਵਿਊ ਲੈ ਲਿਆ ਹੈਗੀ ਤੀਰੇ ਜਾਂ ਭੱਜ ਕੇ ਦੇਖ ਕਰਾ
ਪੱਤਾ ਬਣਿਆ ਯਾਰ, ਇੰਨੇ ਨਾ ਰਿਵਿਊ ਲੈਣ ਦਿਆ ਕਰੋ ਯਾਰ, ਰੌਲਾ ਪਾਲਾ ਕਰੋ। ਆ ਗਏ ਹੁਣ ਜਾਣਗੇ ਔਖੇ, ਨਵੀਂ ਲੈਵਲ ਆ ਗਿਆ ਪਰ ਜਾਣਗੇ ਔਖੇ। ਰਵੀ ਲੱਖੀ ਵੱਡੇ ਘਰ ਵਾਲਿਆ, ਇਹਨਾਂ ਪਤਾ ਜਦੋਂ ਵੀ ਟੂਰਨਾਮੈਂਟ ਹੋਵੇ ਤੇ ਜਿੰਨੇ ਵੀ ਬੁਲਾਰੇ ਹੁੰਦੇ ਸਭ ਨੇ ਇੱਕ ਇੱਕ ਦਿਨ ਪਹਿਲਾਂ ਮਾਇਆ ਦੇ ਦਿੰਦੇ ਆ। ਤੇ ਗੱਲ ਹੋਰ ਦੱਸਾਂ ਹਰੇਕ ਦੀ, ਜਿੰਨੀ ਵੀ ਜਿਹਦਾ ਜਿੰਨਾ ਵੀ ਹੱਕ ਬਣਦਾ ਤਾਂ ਹੈਗਾ ਹੀ ਹੈ, ਇਹ ਉਦੋਂ ਡਬਲ ਦਿੰਦੇ ਆ। ਇਹ ਗਲੀ ਕਮੇਟੀ ਆ, ਏਦਾਂ ਨੀ ਕਹਿੰਦੇ ਵੇਖ ਰਹੇ ਹੋ ਗੱਲ ਹੁੰਦੀ ਹੈ। ਇਹ ਕਹਿੰਦੇ ਵੱਡੇ ਘਰ ਵਾਲੇ ਵੀਰ ਸਾਡੇ ਵਿਸ਼ੇਸ਼ ਤੌਰ ਤੇ ਆਏ ਆ, ਦੱਸੋ ਜੀ ਫੈਸਲਾ ਕਰਿਓ। ਪੈਰਾਂ ਦੀ ਵੈਲੀ ਚਾਹੀਦੀ ਕੋਈ। ਅੱਛਾ ਵਧੀਆ ਵਧੀਆ ਵੀਰੇ, ਓਕੇ ਓਕੇ ਅਨਮੋਲ ਵੀਰੇ ਚੈੱਕ ਕਰਦੇ ਪਏ ਲਾਈਵ ਚ। ਇਧਰੋਂ ਚੈੱਕ ਕਰ ਲਿਆ ਕਰਨ ਬਾਈ, ਚਲੋ ਯਾਰ ਜੀਵਨ ਸਾਈਡ ਤੇ ਹੋ ਜਾ, ਦੋ ਮਿੰਟ ਲਾ ਦਿੰਦੇ ਤੁਰ ਕੇ ਆ ਤੇ ਤੂੰ ਬੋਲਦੇ ਨੀ ਬਰਾ ਮੈਂ। ਚਲੋ ਲਾਓ ਡਾਲੇ ਵਾਲੇ ਫੀਲਡਿੰਗ, ਡਿਸੀਜਨ ਤਾਂ ਹੋ ਹੀ ਜਾਣਾ ਬਾਈ। ਵੀਰੂ ਆਇਆ ਯਾਰ, ਬਹੁਤ ਟਾਈਮ ਲਾ ਦਿੰਦਾ ਦੋ ਰਾਨਾਂ ਪਤਾ ਜਾਣਦੇ ਵੀਰੂ ਤੌਰ ਤਾਂ ਵੇਖਣਾ ਹੁੰਦਾ ਹੈ ਇਹ। ਵੀਰੂ ਕੀ ਡਿਸੀਜਨ ਹੋਊਗਾ, ਕਿੱਧਰ ਨੀ ਛੱਡ ਖੜਾਈ ਬਾਈ ਤੂੰ, ਕੰਮ ਹੁੰਦਾ। ਜਦੋਂ ਟਾਈਮ ਲੱਗ ਜਾਏ ਜੀਤ ਤੇ ਸੋਮਾ ਬਸ। ਉਹ ਬਾਈ ਚਲੋ ਯਾਰ, ਫੈਸਲਾ ਆ ਗਿਆ ਤਾਂ ਰਿਵਿਊ ਬਚ ਗਿਆ ਆਪਣਾ।
ਉਹਨਾਂ ਦਾ ਮਰ ਗਿਆ ਬਸ ਆਪਣਾ ਸੀ ਰਿਵਿਊ ਉਹਨਾਂ ਨੇ ਥੋੜਾ ਲੈਣਾ ਯਾਰ ਹੁਣ ਦੇਤੀ ਹੁਣ ਕੀ ਚੱਕਰ ਹੈ ਗੱਗੂ ਹੁਣ ਨੀ ਤੂੰ ਕਹਿੰਦਾ ਗੱਗੂ ਯਾਰ ਹੁਣ ਨੀ ਟਾਈਮ ਨਾਲ ਵਾਈਟ ਦੇਤੀ ਫੀਲਡਿੰਗ ਆਈ ਨਹੀਂ ਲਾਉਂਦੇ ਆਪਾਂ ਤਾਂ ਇੱਥੇ ਹਾਸਾ ਗੇਡਾ ਕਰ ਲਈਦਾ ਵਿੱਚ ਨਹੀਂ ਕੋ ਕਹਿੰਦੇ ਕਿਸੇ ਆਪਣੇ ਦਾ ਇੱਥੇ ਬਾਈ ਹੁਣ ਫੈਸਲਾ ਆ ਗਿਆ ਹੁਣ ਕੀ ਚੱਕਰ ਆ ਫੈਸਲਾ ਹੋ ਤਾਂ ਗਿਆ ਅੰਪਾਇਰ ਨੇ ਹੁਣੇ ਤਾਂ ਵਾਈਟ ਦਿੱਤੀ ਆਹੋ ਹੁਣ ਆਪਾਂ ਜਾ ਵੜਨਾ ਫਿਰ ਸਾਰੋ ਕੋਲੇ ਜਾ ਨਾ ਦਿੱਤੀ ਤੇ ਫਿਰ ਤਾਂ ਜਾਣਾ ਹੀ ਹੋਰ ਠੀਕ ਠਾਕ ਆ ਵੀਰੇ ਜਿੰਨੇ ਭਰਾ ਲਾਈਵ ਦੇਖ ਰਹੇ ਕਰੋ ਸ਼ੇਅਰ ਇੱਕ ਬਾਲ ਹੀ ਦੋ ਦੋ ਟੱਕ ਟੱਕ ਕਾਹ ਤੋਂ ਹੋਈ ਜਾਂਦੀਆਂ ਬੋਲਾਂ ਯਾਰ ਟੱਕ ਟੱਕ ਨੂੰ ਖਾਲੀ ਆ ਭਰੀਆਂ ਦੱਸ ਸਾਰਾ ਮਾਰ ਕੇ ਖੇਡੀ ਤੂੰ ਏ ਸਾਨੂੰ ਲੱਗਿਆ ਸੀ ਦੇਤਾ ਇਹਨਾਂ ਕੋਲ ਫਿਰਦੀ ਫਿਰਦੀ ਪਤਾ ਹੀ ਲੱਗਾ ਉਹ ਰੋਣੇ ਦਾ ਕੰਮ ਹੋਇਆ ਭਰਾ ਬਣ ਕੇ ਇਹ ਤਸੀਨ ਦੇਤਾ ਯਾਰ ਸਾਨੂੰ ਜਿੰਨਾ ਕੁ ਪਜਾ ਦਿੰਦਾ ਕੁੜੀ ਉੱਥੇ ਗਏ ਸੀ ਦੇਤਾ ਤੁਸੀਂ ਇਹਨਾਂ ਖੜ ਜਾਓ ਇਹਨਾਂ ਕੋਲ ਯੁੱਧ ਰੱਖਿਆ ਕਰੋ ਭਰਾ ਬਣ ਕੇ ਕੁਛ ਨਹੀਂ ਹੁੰਦਾ ਇਹ ਖਾ ਥੋੜੀ ਚੱਲੇ ਆਪਾਂ ਨੂੰ ਵੀਰ ਬਣ ਕੇ ਮੇਰਾ ਲਓ ਸਾਹਮਣੇ ਅਗਲੀ ਥਾਲ ਚਾਰ ਬੰਦਿਆਂ ਚਲੇ ਤਿੰਨ ਤਿੰਨ ਕੈਚ ਨੀ ਫੜਦੇ ਫਿਰ ਗੱਲ ਛੱਡ ਦਿੰਦੇ ਉਹਦੇ ਤੇ ਜਿਹੜਾ ਨੇੜੇ ਹੋ ਮੁੜਦਾ ਹੈ ਗੱਲ ਛੱਡ ਦਿੰਦੇ ਉਹਦੇ ਤੇ
ਚੁੱਪ ਹੋਏ ਆ ਲਾਈਵ ਚੱਲੀ ਜਾਂਦਾ ਫੇਰ ਕਰੀ ਚਲੋ ਵੀਰੇ ਸਾਰੇ ਭਰਾ ਐਂਡ ਹੋਇਆ ਪਿਆ ਬਾਈ ਆਹ ਜੋੜੀ ਤੇ ਵੀਰੇ ਮੈਚ ਖੜਾ ਸਾਰਾ ਦੱਸੋ ਜੀ ਕਿੰਨੇ ਬਣ ਗਏ ਚੌਵੀ ਬਾਲਾਂ ਤੇ ਬਾਰਾਂ ਛੱਕੇ ਜਿਹੜੇ ਮਾਰੇ ਡੋਲੀ ਕਿੱਥੇ ਨੀ ਸਾਈ ਡੋਲੀ ਗੱਲਾਂ ਜਿਹੜੀਆਂ ਕਹਿੰਦੇ ਫਟੀਆਂ ਹੋ ਗਿਆ ਉਹ ਆ ਗਿਆ ਕਹਿੰਦੇ ਸੋਨੀ ਬਾਣੀ ਦਾ ਚਹੇਤਾ ਮੇਰੇ ਵੀਰੋ ਪਰ 71 ਜਿਹੜੇ ਬਾਕੀ ਰਹਿ ਗਏ ਆ ਬਾਈ ਨਹੀਂ ਚੁੱਪ ਹੁੰਦੇ ਦੀਪੂ ਯਾਰ ਪਤਾ ਨੀ ਪਤੰਦਰ ਨਾਲ ਕੀ ਹੈ ਕੀ ਬਰੂਦ ਭਰ ਕੇ ਲਿਆਉਂਦੇ ਆਪਦੇ ਭੱਜੇ ਹੀ ਫਿਰਦੇ ਨੇ ਕੱਚੇ ਕੈਦੀ ਫਿਲਮ ਚ ਨੀ ਭੱਜੇ ਫਿਰਦੇ ਫਿਲਮ ਵਿੱਚ ਕੱਚੇ ਧਾਗੇ ਫਿਲਮ ਚ ਕੈਦੀ ਭੱਜੇ ਹੋਏ ਭੱਜੇ ਫਿਰਦੇ ਹੋਏ ਆਉਣਾ ਨੀ ਹੋਏ ਦੀਪੂ ਤੂੰ ਹੋਏ ਦੀਪੂ ਆਉਣਾ ਨੀ ਹੋਏ ਸਿੰਗਲ ਤੋਂ ਡਰਾਂ ਦੀ ਕੋਸ਼ਿਸ਼ ਲੱਖੀ ਰਨ ਆਊਟ ਹੋ ਗਿਆ ਲੱਖੀ ਰਨ ਆਊਟ ਹੋ ਗਿਆ ਹੋ ਸਭ ਫੱਟੀ ਫੱਟੀ ਸਫਲਤਾ ਉਸਨੇ ਤਾਂ ਬੜਾ ਘੈਂਟ ਮਾਹੌਲ ਬਣਿਆ ਪਿਆ ਆਇਆ ਚੌੜੀਆਂ ਹਿੱਕਾਂ ਤੇ ਮਨਮੋਹਣੇ ਆ ਗਏ ਵਿੱਚ ਮੈਦਾਨਾਂ ਦੇ ਵੇਖਣ ਵਾਲੇ ਹੁੰਦੇ ਦੋਸਤੋ ਯੋਰ ਜਵਾਨਾਂ ਦੇ ਲਈ ਮਣੀ ਬਾਰਾਂ ਛੱਕੇ ਰਹਿ ਗਿਆ ਮੈਚ ਬਹੁਤ ਸਾਰੇ ਪਾਣੀ ਬੜਾ ਪਿਆਰ ਕਰਦਾ ਧਾਰੀ ਭਰਾ ਵੀ ਆਇਆ ਹੋਇਆ ਬੜਾ ਧੰਨਵਾਦ ਬੜਾ ਭਾਵੇਂ 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 ਤਲਵਾਰਾਂ
ਬਾਹੂ ਬੜੀ ਬੰਨ ਰਿਹਾ ਸੀਗਾ ਹੁਣ ਸੋਲਾਂ ਬਾਲਾਂ ਸਤਾਹਠ
ਸਕੋਰ ਜਿਹੜੇ ਬਾਕੀ ਰਹਿੰਦੇ ਆ ਲੈਣੀ ਮਾਈ ਉਧਰ ਭਲਾਂਦੇ ਵਾਲੇ ਵੀ ਜੁੜੇ ਹੋਏ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈਣੀ ਕਰਦੇ ਜ਼ਿਕਰ ਕਰ ਲਓ ਸਾਹਮਣੇ ਬਾਲ ਪਾਣੀ ਮੰਡਾ ਕਹਿੰਦੇ ਫੇਰ ਜਿਹੜਾ ਪਿਆਰ ਪਰ ਪਿਆਰ ਹੈ ਗੱਲਾਂ ਜਿਹੜੀਆਂ ਕਹਿੰਦੇ ਵੱਡੀਆਂ ਹੁੰਦੀਆਂ ਪਟਾਕੇ ਪੂਰੇ ਪੈਂਦੇ ਆ ਅੱਜ ਜਲੰਧਰ ਵਾਲੇ ਵੀ ਜੁੜੇ ਹੋਏ ਆ ਅਸੀਂ ਰੁਪਾ ਹੈੜੀ ਆਇਆ ਪਰ ਗੱਲਾਂ ਜਿਹੜੀਆਂ ਕਹਿੰਦੇ ਹੁਣ ਹੁੰਦੀਆਂ ਪਟਾਕੇ ਫੇਰ ਪੈਣੇ ਆ ਲਓ ਸਾਹਮਣੇ ਅਸ਼ਵਨੀ ਬਾਲ ਹਰ ਰਾਜਾ ਵਾਲਾ ਬੜਾ ਪਿਆਰ ਹੈ ਦੂਜੇ ਸੈਮੀ ਦੀ ਟੀਮਾਂ ਤਿਆਰੀ ਰੱਖਣਗੀਆਂ ਦੂਜੇ ਸੈਮੀ ਦੀਆਂ ਟੀਮਾਂ ਆਹ ਸਾਹਮਣੇ ਸ਼ਾਟ ਰਹਿ ਗਏ ਆ ਮੇਰੇ ਵੀਰੋ ਸ਼ਾਟ ਰਹਿ ਗਏ ਆ ਤੇ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਹੁੰਦੀਆਂ ਨੌਜਵਾਨ ਕਹਿੰਦੇ ਪਿਆਰ ਪਰ ਪਿਆਰ ਪਾਪਾ ਜੀ ਸਾਡੇ ਦਰਬਾਰ ਰੂਪੂ ਸਿੰਘ ਵਿਸ਼ੇਸ਼ ਤੌਰ ਤੇ ਆਏ ਆ 14 ਬਾਲਾਂ ਰਹਿ ਗਈਆਂ 14 ਬਾਲਾਂ ਦੇ ਵਿੱਚ 11 ਛੱਕੇ ਬਾਕੀ ਰਹਿ ਗਏ ਮੇਰੇ ਵੀਰ 14 ਬਾਲਾਂ ਚ 11 ਛੱਕੇ ਜਿਹੜੇ ਬਾਕੀ ਹੈ ਲੈਣੀ ਅਰਸ਼ ਪਾ ਵੀ ਬਾਲ ਕਿਹੜਾ ਨੌਜਵਾਨ ਹੈ ਉਧਰ ਦੇ ਪਾਸੇ ਹਰਾਜਾਂ ਦੀ ਧਰਤੀ ਦਾ ਗਬਰੋ ਫਿਰ ਕਹਿੰਦੇ ਪਿਆਰ ਹੈ ਇਹ ਧਰਤ ਮਾਲਵੇ ਦੀ ਮਿੱਕਾਂ ਦੀ ਰਾਣੀ ਹੈ ਜਿੱਥੇ ਭੰਗੜੇ ਚਾਵਾਂ ਦੀ ਇੱਥੇ ਇੱਕ ਰੀਤ ਪੁਰਾਣੀ ਹੈ ਇਹ ਧਰਤ ਮਾਲਵੇ ਦੀ ਮਿੱਕਾਂ ਦੀ ਰਾਣੀ ਹੈ ਮਾਲਵੇ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਉਹ 13 ਵਾਲਾ 11 ਛੱਕੇ ਲੈ ਵੀ ਮੇਰੀ ਬਾਕੀ ਤੇ ਕਰਜ ਕਰ ਹਾਂ ਲੈ ਵੀ ਰੀਤਿਆ ਠੇਠਰ ਨੀ ਭੁੱਲਣਾ ਲਓ ਸਾਹਮਣੇ ਬਾਠੀ ਠਾ ਠਾ ਵਾਜਾ ਦੋ ਆਉਂਦੇ ਸੀ ਪਤੰਦਰ ਨੇ ਪ੍ਰਾਈਜ਼ ਦੇ ਦਿਓ ਲਓ ਸਾਹਮਣੇ ਬਾਲ ਪਾਲੀ ਪਿੰਡਾ ਫੇਰ ਜਿਹੜਾ ਪਿਆਰ ਪਰ ਪਿਆਰ ਹੈ ਗੱਲਾਂ ਜਿਹੜੀਆਂ ਹੁੰਦੀਆਂ ਨੇ ਗੰਡੋਲੀ ਵਾਲਿਆ ਉਹ ਨੀ ਭੁੱਲਦਾ ਸਮਾਂ ਗੱਲਾਂ ਹੁੰਦੀਆਂ ਗੰਡੂ ਨੂੰ ਵੀ ਯਾਦ ਹੋਣਾ ਪਟਾਕੇ ਪੈਂਦੇ ਨੇ ਲਓ ਸਾਹਮਣੇ ਹੁਣ 12 ਬੰਦੇ ਤੇ 66 ਰਹਿ ਗਏ 24 ਹੋ ਗਏ ਨਾ ਬਾਈ 66 ਰਹਿ ਗਏ 12 ਬੰਦਾਂ ਕਈ ਤਾਂ ਚੋਰੀ ਛੁੱਪੇ ਸਣੀ ਲਏ ਆਏ ਸੀਗੇ ਦਿਹਾੜੀਆਂ ਇਹ ਛੱਡੇ ਆਏ ਸੀਗੇ ਕਹਿੰਦੇ ਤੁਰਦੀਆਂ ਕਿਸ਼ਤੀਆਂ ਅੱਧ ਵਿਚਾਲੇ ਛੱਡ ਕੇ ਭੱਜੇ ਆਏ ਸੀਗੇ ਲੈਣੀ ਰੀਤਿਆ ਵਿੱਚੋਂ ਕਈ ਭੱਜੇ ਆਏ ਸੀਗੇ ਇਹ ਵੀ ਗੱਲ ਮੰਨਦਾ ਆਹ ਵੇਖ ਰਹੇ ਹਾਂ 66 ਰਹਿ ਗਏ 66 ਕਹਿੰਦੇ ਬਾਕੀ ਰਹਿ ਗਏ 12 ਬਾਲਾਂ 11 ਛੱਕੇ ਚਾਹੀਦੇ ਆ ਠੀਕ ਜੱਗੂ ਤੇਰੀ ਗੱਲ ਚੰਗੀ ਤੂੰ ਸੁਣੀ ਜਾਂਦਾ ਤੂੰ ਕਹੀ ਜਾਂਦਾ ਉਹ ਸੁਣੀ ਜਾਂਦਾ ਗੱਲਾਂ ਜਿਹੜੀਆਂ ਕਹਿੰਦੇ ਹੁੰਦੀਆਂ ਪਟਾਕੇ ਪੈਂਦੇ ਆ ਲਓ ਸਾਹਮਣੇ ਕਿਹੜੀ ਬਾਲ ਪਾਣੀ ਬੜਾ ਫੇਰ ਜਿਹੜਾ ਕਹਿੰਦੇ ਚਾਰ ਪਰ ਚਾਰ ਹੈ ਚੋਟੀ ਦਾ ਮੁਕਾਬਲਾ ਵੱਡੀਆਂ ਟੀਮਾਂ ਨੇ ਸਵਾਲ ਵੱਜਿਆ ਹੋਇਆ ਦੂਜੇ ਪਾਸੇ ਉਹ ਸਾਹਮਣੇ ਸੋਹਣੀ ਬਾਲ ਸੁੱਖਾ ਬੜਾ ਕਮਾਲ ਕਰ ਰਿਹਾ ਹੈ ਉਧਰ ਕਹਿੰਦੇ ਸਣੀ ਉਹ ਕਰਨ ਹੁੰਦਾ ਵੀ ਤੂੰ ਐਸ਼ ਕਰੇਗਾ ਟੀਚਰ ਲੱਗੀ ਹੈ ਸਰਕਾਰੀ ਉਹ 11 ਬਾਲਾਂ 11 ਛੱਕੇ ਜਿਹੜੇ ਫੱਟੀ ਰਹਿ ਗਏ ਹੈ ਉਹਨਾਂ ਨੂੰ ਆਰੇ ਕਿ ਯਾਰ ਬੱਚਾ ਆਪਣਾ ਜਿਹਨੇ ਬਹੁਤ ਸੇਵਾ ਕਰੀ ਹੈ ਉਹਦਾ ਵੀ ਧੰਨਵਾਦ ਆਪਾਂ ਕਰਦੇ ਜ਼ਰੂਰ ਹੈ 11 ਬਾਲਾਂ 66 ਰਹਿ ਗਏ ਹੈ ਜਿਹੜਾ ਨਿੱਕਾ ਜਿਹਾ ਸੀਗਾ ਉੱਥੇ ਖੜਾ ਸੀ ਬਰਨੂਰ ਸਾਡੇ ਨੂਰੇ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹਨੇ ਬੜੀ ਸੇਵਾ ਕਰੀ ਹੈ ਮੁੰਡਾ ਕਹਿੰਦਾ ਵੀ ਸਾਡੇ ਬੱਬੂ ਚਾਚੇ ਦਾ ਬਹੁਤ ਬਹੁਤ ਧੰਨਵਾਦ ਹੈ ਬੱਬੂ ਦਾ ਜਿਹਨਾਂ ਨੇ ਸੇਵਾ ਕਰੀ ਹੈ ਲੰਗਰ ਦੇ ਵਿੱਚ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਸਰਦਾਰ ਕਲਵੰਤ ਸਿੰਘ ਦੀ ਕੰਤਾ ਤੇ ਅਜੈ ਸਿੰਘ ਜੀ ਜਿਹਨਾਂ ਨੇ ਲੰਗਰ ਦੇ ਵਿੱਚ ਸੇਵਾ ਕਰੀ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਾਲ ਸਾਡੇ ਅਵਤਾਰ ਸਿੰਘ ਜੀ ਤਾਰਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ
ਅੰਮ੍ਰਿਤ ਤਾਂ ਲੈ ਕੇ ਇੱਧਰ ਆਵੇ ਕਰਾਂ ਮੇਰੇ ਨਾਲ ਸੰਪਰਕ ਕਰੇ ਉਰੇ ਅੰਮ੍ਰਿਤ ਤਾਂ ਲੈ ਕੇ ਇੱਕ ਮਿੰਟ ਤੋਂ ਪਹਿਲਾਂ ਮੇਰੇ ਨਾਲ ਸੰਪਰਕ ਕਰੇ ਸਾਰੇ ਉੱਡ ਗਏ ਉਹਨਾਂ ਦਾ ਧਿਆਨ ਹੀ ਨਹੀਂ ਤੈਨੂੰ ਹੈਟ੍ਰਿਕ ਦਾ ਕੁਝ ਦਵਾ ਦੇਣਾ ਜੀ ਦਵਿੰਦਰ ਕਰਾ ਦੋ ਖਿੱਚ ਕੇ ਉਮਰ ਯਾਰ ਪਾਣੀ ਬਾਰ ਕਰਾਂ ਬਾਪੂ ਤੈਨੂੰ ਚੇਤੇ ਕਰ ਦਿਓ ਮੈਨੂੰ ਕਹਿੰਦੇ ਸੀਗੇ ਕਹਿੰਦੇ ਬਾਪੂ ਨੂੰ ਭੇਜ ਫੇਰ ਲੜ ਦੋ ਫਟਾਂਗੇ ਜੋਤ ਪਾਰੇ ਬਾਲ ਸੋਹਣਿਆ ਵੀਰਾ ਪਾਣੀ ਬਾਰ ਕਰਾਂ ਇਹ ਤੇ ਆਪਸ ਦੀਆਂ ਲੜਾਈਆਂ ਇਹਦੇ ਚੱਲੀ ਜਾਣੀਆਂ ਹਰ ਇੱਕ ਫੀਲਡ ਦੇ ਵਿੱਚ ਕਹਿੰਦੇ ਅਸੀਂ ਕੋਈ ਚੱਲਦਾ ਕੋਈ ਕਿਸੇ ਨਾਲ ਲੜੀ ਜਾਂਦਾ ਕੋਈ ਕਿਸੇ ਨਾਲ ਲੜੀ ਜਾਂਦਾ ਵਿਕਟ ਇੱਕ ਹੋਰ ਡਿੱਗ ਗਈ ਹੈ ਦਵਿੰਦਰਾ ਕਿੰਨੀਆਂ ਰਹੀਆਂ ਬਾਲਾਂ ਪੰਜ ਬਾਲਾਂ ਬਾਕੀ ਹੈ ਮੈਨੂੰ ਲੱਗਦਾ ਮਾਰੂ ਹੈਟ੍ਰਿਕ ਅੱਜ ਫੇਰ ਜਿੰਨੇ ਵੀ ਸਟੈਂਟ ਵਾਲੇ ਸਾਡੇ ਨਹੀਂ ਗਏ ਕੋਈ ਸਟੈਂਟ ਨਾਲ ਸਾਰੇ ਜਾ ਸਕਦੇ ਆ ਠੀਕ ਆ ਜੀ ਸੁਣ ਲਿਆ ਤੁਸੀਂ ਇਸ ਤੋਂ ਬਾਅਦ ਉਹਦੀ ਆਪ ਦੀ ਜ਼ਿੰਮੇਵਾਰੀ ਪਾਉਂਦੇ ਹਾਂ ਅਸੀਂ ਆਪ ਹੋਰ ਜ਼ਿੰਮੇਵਾਰੀ ਲਵਾਂਗੇ ਹਾਂ ਸਾਡਾ ਵੇਲਾ ਖਰਾਬ ਕਰ ਲਓ ਕੋਈ ਨਾ ਸਾਡੇ ਗੁਰਦੁਆਰ ਜਾਵੇ ਇਹ ਨਾ ਕਿਸੇ ਦਾ ਕੋਈ ਘੇਰਾ ਲਵਾਇਆ ਜਾਣਾ ਹੈ ਇਹ ਸਾਡੇ ਭਰਾ ਦੇ ਕੇ ਗਏ ਹੈ ਦੇਖੋ ਯਾਰ ਹਰ ਇੱਕ ਮੈਂ ਹਰੇਕ ਮੇਲੇ ਤੇ ਬੋਲਦਾ ਹਰ ਕੋਈ ਰੋਜੀ ਰੋਟੀ ਦੇ ਲਈ ਤੁਰਿਆ ਫਿਰਦਾ ਜੇ ਆਪਾਂ ਆਪਸ ਚ ਲੜੀ ਜਾਵਾਂਗੇ ਫਿਰ ਫਾਇਦਾ ਕੀ ਹੈ ਦੱਸੋ ਯਾਰ ਬਈ ਸਾਈਡ ਤੇ ਪਿੰਕੇ ਕੰਟ ਬਣਦਾ ਬਈ ਉਹ ਭਾਵੇਂ ਮੁੰਡਿਆ ਨਹੀਂ ਰੀਸਾਂ ਤੇੜ ਗਿਆ ਜੋ ਕਰ ਪਾਈ ਹੈ ਜੋ ਤਾਂ ਆ ਜੋਰ ਕਰ ਤੇਰੀ ਬਹੁਤ ਲੋ ਵਾਰੀ ਯਾਰ ਜੋ ਤਾਂ ਆ ਬਾਲ ਬਣੀ ਭੁੱਲ ਗਈ ਹੈ ਨਾ ਦੁਬਾਰੇ ਯਾਦ ਆ ਗਈ ਹੈ ਭਾਉਣੇ ਸਕਾਈ ਸੀਗੀ ਇੱਕ ਵਾਰੀ ਬਾਲ ਹੁਣ ਦੁਬਾਰੇ ਫੇਰ ਸਿੱਖ ਗਿਆ ਰਾਜਾ ਵਾਲਾ ਨਿੱਕਾ ਜਿਹਾ ਪਚਾਏ ਟੀਮ ਦਾੜੇ ਦੀ ਜਿੱਤ ਕੇ ਕਈ ਫਾਈਨਲ ਦੇ ਵਿੱਚ ਇੱਕ ਵਾਰੀ ਤਾੜੀਆਂ ਮਾਰ ਦੋ ਮੇਰਾ ਵੀਰੋ ਆ ਵੀ ਧਰਮ ਆ ਵੀ ਸੈਮੀ ਗ੍ਰਾਂਡ ਨੌਜਵਾਨ ਜਾਵੀ ਧਰਮ ਗੱਲ ਆ ਗਈ ਪਾਲੂ ਗੱਡੀ ਆ ਹਾਂ ਰਵੀ ਗੱਡੀ ਪਟਾਕੇ ਪੈਂਦੇ ਬਾਈ ਆ ਸਾਡਾ ਬੜਾ ਧਰਮ ਦੇ ਕਰਦੇ ਆ ਵਿਸ਼ੇਸ਼ ਤੌਰ ਤੇ ਜੱਗੇ ਵਾਲੀ ਭਰਾ ਇਹ ਸਾਡੀ ਡੋਲੀ ਹੈ ਆ ਰਾ ਰੋਸ਼ਨ ਫਾਉ ਵਰਗੀ ਦਾ ਸਾਰੀ ਪ੍ਰਬੰਧਕ ਕਮੇਟੀ ਜੋਰਦਾਰ ਇੱਕ ਦਿਲਪ੍ਰੀਤ ਕਿੱਥੇ ਆਪਣਾ